ਮਾਨਸਾ ਤੋਂ ਆ ਰਿਹਾ ਸੀ, ਪੁਲਟ ਉਤਰਨ ਲੱਗਿਆ ਤਾਂ ਉੱਥੇ ਵੀ ਲੜਕੇ ਰਸਤੇ ਵਿੱਚ ਰੋਕ ਲਿਆ ਵੀ ਅਸੀਂ ਤਿਆਰ ਕਰਵਾ ਕੇ ਲਏ ਬਾਪੂ ਨੂੰ ਗਿਫਟ ਕਰਨੇ। ਟਰੈਕਟਰ ਨਾਲ ਪਿਆਰ ਪਿਆ ਤਾਂ ਖੇਤੀ ਨਾਲ ਵੀ ਪਊਗਾ। 2003 ਵਿੱਚ HFP ਟਰੈਕਟਰ ਬੰਦ ਹੋ ਗਿਆ ਸੀ, ਅਤੇ ਫਿਰ ਉਸ ਤੋਂ ਬਾਅਦ ਜਿਹੜਾ ਬ੍ਰਾਂਡ ਬਣਾਇਆ ਉਹ ਮੂਸੇ ਵਾਲੇ ਬਾਈ ਨੇ ਬਣਾਇਆ। ਸਿੱਧੂ ਮੂਸੇਵਾਲਾ ਇੱਕ ਹੋਰ ਨਾਮ ਦੇ ਨਾਲ ਬਹੁਤ ਜ਼ਿਆਦਾ ਮਸ਼ਹੂਰ ਸੀ, ਜਾਣਿਆ ਜਾਂਦਾ ਸੀ, ਉਹ ਸੀ 5911। 5911 ਤੇ ਖੇਤਾਂ ਦੇ ਵਿੱਚ ਹਮੇਸ਼ਾ ਜੱਟ ਮੇਲਦਾ ਹੋਇਆ ਸਭ ਨੂੰ ਨਜ਼ਰ ਆਉਂਦਾ ਸੀ, ਜਿਸ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ 5911 ਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗ ਪਈ ਹੈ ਅਤੇ ਬਹੁਤ ਸਾਰੇ 5911 ਬਣਾ ਕੇ ਜਿਹੜੇ ਸਿੱਧੂ ਮੂਸੇਵਾਲੇ ਦੇ ਫਾਦਰ ਨੇ ਉਹਨਾਂ ਨੂੰ ਭੇਟ ਵੀ ਕਰਦੇ ਨੇ ਅਤੇ ਸਿੱਧੂ ਮੂਸੇਵਾਲੇ ਦੀ ਯਾਦਾਂ ਨੂੰ ਤਾਜ਼ੀਆਂ ਰੱਖਣ ਦੇ ਲਈ ਉਹਨਾਂ ਨੂੰ ਆ ਕੇ ਮਿਲਦੇ ਵੀ ਰਹਿੰਦੇ ਨੇ। ਸੋ ਗੁਰਦਾਸਪੁਰ ਤੋਂ ਵੀ ਇੱਕ ਨੌਜਵਾਨ ਆਇਆ ਸਿੱਧੂ ਮੂਸੇਵਾਲੇ ਦੇ ਫਾਦਰ ਨੂੰ ਮਿਲਣ ਦੇ ਲਈ, ਜਿਸ ਦੇ ਨਾਲ ਬਲਕੌਰ ਸਿੰਘ ਨੇ ਆਪ 5911 'ਤੇ ਬਹਿ ਕੇ ਜਦੋਂ ਗੇੜੀ ਲਾਈ ਤਾਂ ਆਪਣੇ ਪੁੱਤ ਨੂੰ ਯਾਦ ਕਰਕੇ ਉਹ ਭਾਵੁਕ ਜਿਹੇ ਹੋ ਗਏ। ਇਹ ਤਾਂ ਮਤਲਬ ਸਿੱਧੂ ਦਾ ਜਿਹੜਾ ਬ੍ਰਾਂਡ ਬਣਿਆ ਹੋਇਆ 5911, ਕੋਈ ਵੀ ਨਵਾਂ ਟਰੈਕਟਰ ਲੈਂਦਾ ਜਾਂ ਉਹਨੂੰ ਤਿਆਰ ਕਰਵਾਉਂਦਾ, ਉਹ ਇੱਕ ਵਾਰੀ ਰਹਿ ਜ਼ਰੂਰ ਲੈ ਕੇ ਜਾਂਦਾ। ਇੱਥੋਂ ਕਿੱਥੋਂ ਕਰਵਾਇਆ ਸੀ, ਮੈਂ ਵੀ ਉੱਥੋਂ ਹੀ ਕਰਵਾ ਕੇ ਲਿਆਉਣਾ। ਪਿਛਲੇ ਦਿਨ ਵੀ ਤੁਸੀਂ ਦੇਖਿਆ ਹੋਊਗਾ, ਮੈਂ ਮਾਨਸਾ ਤੋਂ ਆ ਰਿਹਾ ਸੀ, ਪੁਲ ਤੋਂ ਉਤਰਨ ਲੱਗਿਆ ਤਾਂ ਉੱਥੇ ਵੀ ਲੜਕੇ ਰਸਤੇ ਮੈਨੂੰ ਰੋਕ ਲਿਆ ਵੀ ਅਸੀਂ ਤਿਆਰ ਕਰਵਾ ਕੇ ਲਏ ਬਾਪੂ ਨੂੰ ਗਿਫਟ ਕਰਨਾ। ਅਤੇ ਵਧੀਆ ਨੌਜਵਾਨਾਂ ਦਾ ਰੁਝਾਨ ਬਣਿਆ ਹੈ ਨਾ, ਟਰੈਕਟਰ ਨਾਲ ਪਿਆਰ ਪਿਆ ਤਾਂ ਖੇਤੀ ਨਾਲ ਵੀ ਪਊਗਾ, ਤਾਂ ਇੱਕ ਚੰਗੀ ਗੱਲ ਹੈ। ਜਦੋਂ ਸਿੱਧੂ ਅੰਕਲ ਚਲਾਉਂਦਾ ਹੁੰਦਾ ਸੀ ਟਰੈਕਟਰ, ਅੱਜ ਜਦੋਂ ਤੁਸੀਂ ਬੈਠੇ ਸੀਟ 'ਤੇ ਤਾਂ ਭੁਲੇਖਾ ਪਿਆ ਵੀ ਜਿਵੇਂ ਸਿੱਧੂ ਖੁਦ ਟਰੈਕਟਰ ਚਲਾ ਰਿਹਾ ਹੋਵੇ, ਅੱਜ ਤੁਸੀਂ ਬੈਠੇ ਸੀਟ 'ਤੇ ਕਿਵੇਂ? ਮੇਰੀ ਵੀ ਕੋਸ਼ਿਸ਼ ਤਾਂ ਇਹੀ ਹੈ ਵੀ ਜੋ ਸਿੱਧੂ ਦਾ ਜਿਸ ਤਰ੍ਹਾਂ ਦਾ ਸੁਭਾਅ ਸੀ ਹੈ ਨਾ, ਉੱਦਾਂ ਹੀ ਜ਼ਿੰਦਗੀ ਚੱਲਦੀ ਰਹੇ ਅੱਗੇ ਬਾਬੇ ਦੇ ਉੱਤੇ, ਜਿੱਦਾਂ ਕੋਈ ਹੁਕਮ ਹੋਊਗਾ ਉਦਾਂ ਕਰਦੇ ਰਹਾਂਗੇ। ਬੜੀ ਹੀ ਭਿੱਜੀਆਂ ਅੱਖਾਂ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦਿੰਦੇ ਹੋਏ ਜਦੋਂ ਮੂਸੇਵਾਲੇ ਦੇ ਮਾਪਿਆਂ ਨੇ ਕਿਹਾ ਸੀ ਕਿ ਉਹ ਉਹਨਾਂ ਦੇ ਜੇਕਰ ਪੁੱਤ ਬਣ ਕੇ ਰਹਿਣਗੇ ਤਾਂ ਸਾਰੇ ਨੌਜਵਾਨ ਨੇ ਜਿਹੜੇ ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਸਿੱਧੂ ਮੂਸੇਵਾਲੇ ਦੀ ਕਦੇ ਵੀ ਘਾਟ ਨਹੀਂ ਮਹਿਸੂਸ ਹੋਵੇਗੀ। ਅਤੇ ਬਹੁਤ ਸਾਰੇ ਨੌਜਵਾਨਾਂ ਨੇ ਇਸ ਗੱਲ ਨੂੰ ਆਪਣੇ ਦਿਲ 'ਤੇ ਲਾ ਲਿਆ ਅਤੇ ਦੂਰੋਂ ਦੂਰੋਂ ਚੱਲ ਕੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਮਿਲਣ ਲਈ ਆਉਂਦੇ ਨੇ ਅਤੇ ਜਿਹੜੀਆਂ ਯਾਦਾਂ ਨੇ ਸਿੱਧੂ ਮੂਸੇਵਾਲੇ ਦੀਆਂ ਉਹ ਸਾਂਝੀਆਂ ਕਰਦੇ ਨੇ। ਭਾਈ ਕਿੱਥੋਂ ਆਏ ਹੋ ਔਰ ਕੀ ਨਾਮ ਹੈ? ਭਾਈ ਮੈਂ ਗੁਰਦਾਸਪੁਰ ਤੋਂ ਆਇਆ, ਪਿੰਡ ਮੇਰਾ ਹੈਗਾ ਨਵਾਂ ਨਸ਼ਹਿਰਾ ਚਾਵਾ, ਪੁਲ ਤਿਬੜੀ ਪੋਸਟ ਆਫਿਸ ਹੈ, ਉੱਧਰੋਂ ਆਏ ਅਸੀਂ। ਕਿਵੇਂ ਮੂਸੇ ਪਹੁੰਚੋ ਅੱਜ 5911 ਜਿਹੜਾ ਲੈ ਕੇ ਆਏ ਹੋਗੇ, ਕਿਵੇਂ ਦਿਮਾਗ ਦੇ ਵਿੱਚ ਆਇਆ ਵੀ ਜਿਹੜਾ ਲੈ ਕੇ ਇਹਨੂੰ ਮੂਸੇ ਜਾਣਾ ਪਹਿਲਾਂ, ਕੀ ਹੈ ਪੂਰੀ ਗੱਲ? ਐਕਚੁਲੀ ਮੈਂ ਅਜੇ ਕੱਲ੍ਹ ਹੀ ਪਰਚੇਸ ਕੀਤਾ ਟਰੈਕਟਰ, ਹਜੇ ਮੈਂ ਘਰ ਹੀ ਨਹੀਂ ਗਿਆ ਅਤੇ ਮੈਂ ਸਿੱਧਾ ਗੁਰਦਾਸਪੁਰ ਇੱਥੇ ਆਇਆ, ਸਵੇਰ ਦੇ ਤੁਰੇ 4 ਵਜੇ ਅਤੇ ਹੁਣ ਪਹੁੰਚੇ ਹਾਂ 7-8 ਘੰਟੇ ਦਾ ਸਫ਼ਰ ਕਰਕੇ ਇੱਥੇ, ਕਿਉਂਕਿ 2003 ਵਿੱਚ HFP ਟਰੈਕਟਰ ਬੰਦ ਹੋ ਗਿਆ ਸੀ, ਅਤੇ ਫਿਰ ਉਸ ਤੋਂ ਬਾਅਦ ਜਿਹੜਾ ਬ੍ਰਾਂਡ ਬਣਾਇਆ ਉਹ ਮੂਸੇ ਵਾਲੇ ਬਾਈ ਨੇ ਬਣਾਇਆ ਇਹਨੂੰ। ਕੀ ਹੁਣ ਇਹ ਤਿਆਰ ਕਰਵਾਇਆ ਗਿਆ ਤੁਹਾਡੇ ਵੱਲੋਂ? ਤਿਆਰ ਕਰਵਾਉਣਾ ਮੈਂ ਇਹਨਾਂ ਦੇ ਜਿਹੜੇ ਡੈਡੀ ਜੀ ਹੈਗੇ ਆ ਫਾਦਰ ਸਾਹਿਬ ਬਲਕੌਰ ਸਿੰਘ ਜੀ, ਉਹਨਾਂ ਕੋਲ ਮੈਂ ਨੰਬਰ ਲਿਆ, ਉਹਨਾਂ ਨੂੰ ਨੰਬਰ ਦੇ ਦਿੱਤਾ ਜਿਹਨਾਂ ਕੋਲ ਮੋਡੀਫਾਈ ਕਰਾਇਆ ਸੀ ਮੂਸੇ ਵਾਲਾ ਜੀ ਨੇ, ਮੈਂ ਵੀ ਉੱਥੋਂ ਜਾ ਕੇ ਮੋਡੀਫਾਈ ਕਰਾਵਾਂਗਾ, ਮੈਂ ਫੈਨ ਉਹਨਾਂ ਦਾ ਬਹੁਤ ਵੱਡਾ। ਬਾਪੂ ਜੀ ਨਾਲ ਮੁਲਾਕਾਤ ਹੋ ਗਈ ਫਿਰ? ਹਾਂਜੀ, ਬਹੁਤ ਵਧੀਆ ਨੇਚਰ ਉਹਨਾਂ ਦਾ, ਕਾਫੀ ਡਾਊਨ ਟੂ ਅਰਥ ਹੈ, ਮੈਨੂੰ ਤਾਂ ਸਿਕਿਉਰਿਟੀ ਵਾਲੇ ਅੰਦਰ ਨਹੀਂ ਜਾਣ ਦਿੰਦੇ ਸੀ, ਉਹਨਾਂ ਨੇ ਟਰੈਕਟਰ ਹੀ ਮੇਰਾ ਅੰਦਰ ਵਾੜ ਕੇ ਉਹਨਾਂ ਨੇ ਆਪੇ ਬੈਠ ਕੇ ਆਸ਼ੀਰਵਾਦ ਦਿੱਤਾ। ਹਾਂਜੀ ਦੇਖਿਆ ਟਰੈਕਟਰ ਉਹਨਾਂ ਨੇ? ਹਾਂਜੀ ਦੇਖਿਆ, ਚਲਾ ਕੇ ਦੇਖਿਆ ਉਹਨਾਂ ਨੇ, ਚਲਾਇਆ ਟਰੈਕਟਰ ਨੂੰ। ਹਾਂਜੀ ਕਹਿੰਦੇ ਵਧੀਆ ਇੰਜਨ ਵਗੈਰਾ ਵਧੀਆ, ਬਾਕੀ ਮੋਡੀਫਾਈ ਕਰਾਉਣਾ ਨੰਬਰ ਦੇ ਦਿੱਤਾ ਉਹਨਾਂ ਨੇ ਮੈਨੂੰ। ਅਤੇ ਫਿਰ ਜਦੋਂ ਟਰੈਕਟਰ ਜਿਹੜਾ ਸੀਗਾ ਲੈਣ ਦੀ ਜਦੋਂ ਇੱਛਾ ਸੀ ਫਿਰ 5911 ਇਹੀ ਕਿਉਂ ਚੁਣਿਆ ਗਿਆ? ਕਿਉਂਕਿ ਸਿੱਧੂ ਮੂਸੇਵਾਲਾ ਜੀ ਨੇ ਬ੍ਰਾਂਡ ਬਣਾਇਆ ਇਹਨੂੰ, ਤਾਂ ਕਰਕੇ ਹੀ। ਮੇਰੇ ਘਰਦੇ ਤਾਂ ਕਹਿੰਦੇ ਗੱਡੀ ਲੈਣਾ, ਥਾਰ ਲੈਣਾ ਜਾਂ ਫਿਰ ਬਲੈਰੋ ਲੈਣਾ, ਮੈਂ ਨਹੀਂ ਲੈਣਾ ਟਰੈਕਟਰ ਲੈਣਾ ਮੈਂ। ਹੁਣ ਆਫਿਸ ਵੀ ਜਾਵਾਂਗਾ ਮੈਂ, ਡੋਮਿਨੋਸ ਪੀਜ਼ਾ ਵਿੱਚ ਬ੍ਰਾਂਚ ਬਣੇ ਰਿਹਾ ਅਤੇ ਟਰੈਕਟਰ 'ਤੇ ਬਹਿ ਕੇ ਜਾਵਾਂਗਾ ਮੈਂ, ਗੱਡੀਆਂ ਦਾ ਸ਼ੌਂਕ ਹੈ ਨਹੀਂ ਮੈਨੂੰ। ਜਿਵੇਂ ਸਿੱਧੂ ਦੀ ਆਪਾਂ ਗੱਲ ਕਰ ਲਈਏ ਬਾਈ, ਜ਼ਮੀਨ ਨਾਲ ਜੁੜਿਆ ਹੋਇਆ ਸੀਗਾ ਹੈ ਨਾ, ਨੌਜਵਾਨਾਂ ਨੂੰ ਪ੍ਰੇਰਿਤ ਕਰਦਾ ਸੀਗਾ ਵੀ ਆਪਦਾ ਕੰਮ ਆਪਦੀ ਖੇਤੀ ਕਰੋ ਹੈ ਨਾ। ਹਾਂਜੀ 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 ਬਹੁਤ ਵਧੀਆ, ਉਹਨਾਂ ਦੀ ਜਿਹੜੀ ਸੋਚ ਸੀ ਬਹੁਤ ਵਧੀਆ ਸੀ, ਮੇਰੀ ਵੀ ਇੱਦਾਂ ਦੀ ਸੋਚ ਹੀ ਹੈ। ਮੈਨੂੰ 12 ਸਾਲ ਹੋ ਗਏ ਆ ਡੋਮਿਨੋਸ ਪੀਜ਼ਾ ਵਿੱਚ ਐਜ਼ ਆ ਬ੍ਰਾਂਚ ਮੈਨੇਜਰ ਕੰਮ ਕਰਦੇ, ਮੈਂ ਵੱਡੇ ਵੱਡੇ ਸ਼ਹਿਰਾਂ ਵਿੱਚ ਕੰਮ ਕੀਤਾ, ਚੰਡੀਗੜ੍ਹ ਹੋ ਗਿਆ, ਚੰਡੀਗੜ੍ਹ ਵਿੱਚ ਰਿਹਾ ਮੈਂ, ਫਿਰ ਜਲੰਧਰ ਦੇ ਸਾਰੇ ਰੈਸਟੋਰੈਂਟ ਚਲਾਏ ਆ, ਫਿਰ ਉਸ ਤੋਂ ਬਾਅਦ ਮੈਂ ਪਿੰਡ ਆ ਗਿਆ ਅਤੇ ਪਿੰਡ ਵਿੱਚ ਜਿਹੜਾ ਹੈਗਾ ਲੋਕ ਚੰਗੇ ਆ, ਪਿੰਡ ਦੇ ਡਾਊਨ ਟੂ ਅਰਥ ਹੁੰਦੇ ਆ, ਪ੍ਰੋਬਲਮ ਸਮਝਦੇ ਆ, ਵੱਡੇ ਵੱਡੇ ਸ਼ਹਿਰਾਂ ਦੇ ਲੋਕ ਕਾਫੀ ਮਤਲਬ ਵੀ ਹੁੰਦੇ ਆ, ਤਾਂ ਕਰਕੇ ਮੇਰਾ ਇਹ ਮਨ ਨਹੀਂ ਕਰਦਾ। ਮੈਨੂੰ ਹੋਰ ਵੀ ਬੜੇ ਔਫਰ ਆਉਂਦੇ ਆ, ਇੰਗਲੈਂਡ ਦਾ ਔਫਰ ਆਇਆ ਮੈਨੂੰ 2.5 ਲੱਖ ਦਾ ਐਜ਼ ਆ ਬ੍ਰਾਂਚ ਮੈਨੇਜਰ ਡੋਮਿਨੋਸ ਪੀਜ਼ਾ ਵਿੱਚ ਕੰਮ ਕਰਦਾ, ਪਰ ਮੈਂ ਠੁਕਰਾਤਾ, ਮੈਂ ਕਿੱਥੇ ਰਹਿਣਾ ਚਾਹੁੰਦਾ ਪਿੰਡ ਵਿੱਚ ਹੀ ਆਪਣੇ। ਟਰੈਕਟਰ ਦੀ ਪਹੁੰਚੇ ਹੋਗੇ ਗੁਰਦਾਸਪੁਰ ਤੋਂ, ਕਿੰਨੇ ਘੰਟੇ ਲੱਗੇ?
7-8 घंटे लग गए सानू भाजी।